ਅੱਜ ਇੰਟਰਨੈਸ਼ਨਲ ਵੂਮਨਸ ਡੇ ਦੇ ਉੱਪਰ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਕਿਸਾਨਾਂ ਦਾ ਵੱਡਾ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਔਰਤਾਂ ਦੇ ਵੱਲੋਂ ਜਿਹੜਾ ਵੱਡਾ ਇਕੱਠਾ ਕੀਤਾ ਗਿਆ। ਤਸਵੀਰਾਂ ਦੇਖ ਸਕਦੇ ਹੋ ਕਿ 13 ਫਰਵਰੀ ਤੋਂ ਜਿਹੜੇ ਹੈਗੇ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ, ਤਾਂ ਅੱਜ ਔਰਤ ਦਿਵਸ ਦੇ ਉੱਪਰ ਸਿਰਫ ਔਰਤਾਂ ਦੇ ਵੱਲੋਂ ਇੱਥੇ ਵੱਡਾ ਇਕੱਠ ਕਰਕੇ ਜਿਹੜੀ ਹੈਗੀ ਆਪਣੀ ਸਟੇਜ ਲਗਾਈ ਜਾ ਰਹੀ, ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਹੈਗੀਆਂ ਨੇ ਔਰਤਾਂ 'ਤੇ ਡੱਟੀਆਂ ਹੋਈਆਂ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਨੌਜਵਾਨ ਜਿਹੜੀਆਂ ਕੁੜੀਆਂ ਹੈਗੀਆਂ ਨੇ ਉਹ ਵੀ ਹੈਗੀਆਂ ਨੇ, ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਪਾਲਵੀਰ ਕੌਰ ਹੈ, ਮੇਰੀ ਉਮਰ 18 ਸਾਲ ਹੈ, ਮੈਂ BKG ਸਿੱਧੂਪੁਰ ਦੇ ਵਿੱਚੋਂ ਬਲਾਕ ਬਾਜਾਖਾਨਾ ਦੇ ਵਿੱਚੋਂ ਆਈ ਹਾਂ। ਇਸ ਤਰੀਕੇ ਨਾਲ ਦੇਖਦੇ ਹੋ ਵੁਮਨ ਡੇ ਆ, ਅਤੇ ਅੱਜ ਵੱਡੀ ਗਿਣਤੀ ਜਿਹੜੀ ਹੈਗੀ ਆ ਔਰਤਾਂ ਦੀ ਆ, ਖਨੌਰੀ ਬਾਰਡਰ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ? ਅਸੀਂ ਮਾਈ ਭਾਗੋ ਦੀਆਂ ਵਾਰਸ ਹਾਂ ਅਤੇ ਅਸੀਂ ਇੱਥੇ ਆਪਦੇ ਹੱਕਾਂ ਲਈ ਆਏ ਹਾਂ, ਆਪਦੇ ਪਰਿਵਾਰ ਦੇ ਨਾਲ ਖੜੇ ਹਾਂ। ਮੇਰੇ ਫਾਦਰ ਸਾਹਿਬ, ਮੇਰੇ ਗ੍ਰੈਂਡਫਾਦਰ ਸਾਹਿਬ, ਮੇਰੀ ਗ੍ਰੈਂਡ ਮਦਰ, ਉਹ ਸਾਰੇ ਇੱਥੇ ਆਏ ਹੋਏ ਨੇ। ਅਸੀਂ ਆਪਦੇ ਹੱਕ ਲੈਣ ਲਈ ਆਏ ਹਾਂ ਅਤੇ ਆਪਦੇ ਹੱਕ ਅਸੀਂ ਇੱਥੋਂ ਲੈ ਕੇ ਹੀ ਜਾਵਾਂਗੇ। ਵੁਮਨ ਡੇ ਦੀ ਅਹਿਮੀਅਤ ਕੀ ਸਮਝਦੇ ਹੋ? ਔਰਤ ਦਿਵਸ ਆ, ਉਹ ਕਿਸ ਤਰੀਕੇ ਨਾਲ ਦੇਖਦੇ ਹੋ? ਔਰਤ ਦੀ ਮਹੱਤਤਾ ਬਹੁਤ ਜ਼ਿਆਦਾ ਹੈਗੀ ਹਰ ਇੱਕ ਮਰਦ ਦੇ ਲਾਈਫ ਦੇ ਵਿੱਚ। ਇੱਕ ਮਰਦ ਦੇ ਇੱਕ ਲਾਈਫ ਪਾਰਟਨਰ ਹੁੰਦੀ ਆ ਉਹਦੀ ਫੀਮੇਲ, ਉਹਦੇ ਨਾਲ ਉਹ ਸਾਰੀ ਲਾਈਫ ਆਪਦੀ ਸਪੈਂਡ ਕਰਦਾ ਅਤੇ ਉਹਦੇ ਡਿਸੀਜ਼ਨਸ ਦੇ ਨਾਲ ਹੀ ਉਹ ਜਿੱਤ ਸਕਦਾ ਕਿ ਆਪਦੀ ਲਾਈਫ। ਜੇ ਇੱਥੇ 50% ਵੂਮੈਨਸ ਇੱਥੇ ਆਈਆਂ ਅੱਜ ਮੋਰਚੇ ਦੇ ਵਿੱਚ, ਤਾਂ ਅਗਲੀਆਂ 50% ਵੂਮੈਨਸ ਦੀ ਜੇ ਸਾਨੂੰ ਲੋੜ ਪਈ ਕਿ ਆਪਦਾ ਮੋਰਚਾ ਸਫਲ ਕਰਨ ਵਾਸਤੇ, ਤਾਂ ਅਸੀਂ ਉਹ 50% ਵੂਮੈਨਸ ਵੀ ਇੱਥੇ ਲੈ ਕੇ ਆਵਾਂਗੇ ਅਤੇ ਆਪਦੇ ਹੱਕ ਇੱਥੋਂ ਲੈ ਕੇ ਜਾਵਾਂਗੇ। ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਉਹ ਬਾਹਰ ਜਾ ਰਹੀ ਹੈ, ਕਿਉਂ ਜਾ ਰਹੀ ਹੈ? ਇੱਥੇ ਪੰਜਾਬ ਸਰਕਾਰ ਨੌਕਰੀਆਂ ਨਹੀਂ ਦਿੰਦੀ, ਨੌਜਵਾਨ ਜਿਹੜੇ ਬੇਰੁਜ਼ਗਾਰ ਨੇ, ਜਿਹੜੇ ਬਹੁਤ ਜ਼ਿਆਦਾ ਕਿਸਾਨ ਵੀਰ ਨੇ ਜਿਹੜੇ ਕਰਜ਼ਾ ਲੈਂਦੇ ਨੇ ਅਤੇ ਉਹ ਸੁਸਾਈਡ ਕਰ ਲੈਂਦੇ, ਕਿਉਂ ਕਰਦੇ ਨੇ? ਉਹ ਸਾਡੇ ਹੱਕ ਨਹੀਂ ਸਾਨੂੰ ਮਿਲਦੇ, ਸਾਡੇ ਫਸਲ ਦਾ ਸਹੀ ਰੇਟ ਨਹੀਂ ਸਾਨੂੰ ਮੁੱਲ ਪੈਂਦਾ, ਅਸੀਂ ਉਹ ਤੋਂ ਜ਼ਿਆਦਾ ਰੇਹ ਸਪਰੇ ਕਰ ਦਿੰਦੇ ਹਾਂ ਕਿ ਸਾਨੂੰ ਕੋਈ ਫਸਲ ਦੇ ਵਿੱਚ ਕੁਛ ਨਹੀਂ ਨਿਕਲਦਾ, ਕਿਉਂ ਨਹੀਂ ਵੱਧਦਾ? ਸਾਡੇ ਫਸਲਾਂ ਦੇ ਰੇਟ ਹੀ ਸਾਨੂੰ ਸਹੀ ਨਹੀਂ ਮਿਲਦੇ। ਫਿਰ ਕਿਸ ਤਰੀਕੇ ਨਾਲ ਦੇਖਦੇ ਹੋ 13 ਤਰੀਕ ਤੋਂ ਜਿਹੜਾ ਹੈਗਾ ਲਗਾਤਾਰ ਇੱਥੇ ਅੰਦੋਲਨ ਚੱਲ ਰਿਹਾ, ਲੰਮਾ ਸਮਾਂ ਹੋ ਗਿਆ, ਉਹ ਚੀਜ਼ ਨੂੰ ਕਿਵੇਂ ਦੇਖਦੇ? ਜਿਵੇਂ ਕਿ ਪਹਿਲਾਂ ਵੀ ਅਸੀਂ ਮੋਰਚਾ ਲਾਇਆ ਸੀ ਅਤੇ 13 ਮਹੀਨੇ ਮੋਰਚਾ ਚੱਲਿਆ ਸੀ ਅਤੇ ਹੁਣ ਵੀ ਸਾਨੂੰ ਲੱਗਦਾ ਕਿ ਜੇ ਸਾਡੀ ਹੁਣ ਵੀ ਇਹਨਾਂ ਨੇ ਸਾਡੀ ਮੰਗ ਨਹੀਂ ਸੁਣੀ ਤਾਂ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਅਤੇ ਆਪਦਾ ਮੋਰਚਾ ਪੂਰੀ ਹਿੰਮਤ ਨਾਲ ਅਸੀਂ ਲੜਾਂਗੇ। ਮਤਲਬ ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਇੰਦਰ ਕੌਰ ਹੈ ਬੇਟਾ ਜੀ। ਕਿਵੇਂ ਦੇਖ ਰਹੇ ਹੋ ਅੱਜ ਵੱਡਾ ਜਿਹੜਾ ਇੱਥੇ ਅੰਦੋਲਨ ਹੈਗਾ ਔਰਤਾਂ ਦਾ ਦਿਨ ਆ, ਅਤੇ ਔਰਤਾਂ ਦਿਨ ਕੀ ਦੇਖਦੇ ਆ ਇੱਥੇ? ਕੀ ਆ, ਅਸੀਂ ਮਰਨ ਵਾਸਤੇ ਆਏ ਹਾਂ ਇੱਥੇ, ਜਦੋਂ ਸਾਡੇ ਧੀਆਂ ਪੁੱਤਾਂ ਦੇ ਸਿਰ ਪਾੜਦੇ, ਸਾਡੇ ਪੁੱਤ ਮਾਰਤਾ ਇੱਥੇ, ਅਤੇ ਸਾਡਾ ਕੀ ਜਿਉਣ ਹੈ? ਅਸੀਂ ਨਾਲ ਡਟ ਕੇ ਖੜਾਂਗੇ ਅਤੇ ਡਟ ਕੇ ਲੜਾਈ ਲੜਾਂਗੇ। ਮੰਗਾਂ ਨੂੰ ਕਿਵੇਂ ਦੇਖਦੇ ਹੋ ਮਾਤਾ? 2020 ਦੇ ਵਿੱਚ ਇਹੀ ਜਿਹੜੀ ਹੈਗੀਆਂ ਸੀ ਮੰਗਾਂ ਨੂੰ ਲੈ ਕੇ ਧਰਨੇ ਲੱਗੇ ਸੀ, ਹੁਣ ਦੁਬਾਰਾ ਫਿਰ ਧਰਨੇ ਲੱਗ ਰਹੇ ਨੇ, ਕਿਵੇਂ ਦੇਖਦੇ? ਸਾਡੀਆਂ ਮੰਗਾਂ ਪੂਰੀਆਂ ਹੋਈਆਂ ਅਤੇ ਨਾ ਹੀ ਅਸੀਂ ਖੈੜਾ ਛੱਡਣਾ, ਇਸ ਕੰਮ ਦਾ ਖੈੜਾ ਨਹੀਂ ਛੱਡਣਾ। ਜਿੰਨਾ ਸਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਅਸੀਂ ਉਹਦਾ ਖੈੜਾ ਨਹੀਂ ਛੱਡਣਾ। ਵੱਡੀ ਗਿਣਤੀ 'ਚ ਔਰਤਾਂ ਇਕੱਠੀਆਂ ਹੋਈਆਂ ਨੇ, ਆਪਣਾ ਕਿਤੇ ਨਾ ਕਿਤੇ ਆਪਣੀ ਤਾਕਤ ਦਿਖਾਈ ਆ ਔਰਤਾਂ ਨੇ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਘਰ ਸੰਭਾਲਣ ਦੇ ਨਾਲ ਨਾਲ ਅੱਜ ਇੱਥੇ ਵੱਡੀ ਗਿਣਤੀ ਸ਼ਾਮਿਲ, ਤਾਕਤ ਦਿਖਾਉਣ ਵਾਲੀਆਂ ਸੀ ਔਰਤਾਂ, ਉਹਨਾਂ ਨੇ ਦਿਖਾਈ ਆਪਦੇ, ਡੱਟ ਕੇ ਲੜਾਈ ਲੜੀ ਹੈ, ਹੁਣ ਦੇਖੋ ਕੀ ਬਣਦਾ ਹੈ। ਇਤਿਹਾਸ ਬੋਲਦਾ ਕਿ ਅਸੀਂ ਪਹਿਲਾਂ ਵੀ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਗੁਰੂਆਂ ਨੇ ਆਪਦੀ ਸ਼ਹੀਦੀ ਦਿੱਤੀ ਹੈਗੀ ਸਿਰਫ ਸਾਨੂੰ ਬਚਾਉਣ ਵਾਸਤੇ, ਆਪਦੇ ਪੁੱਤਰਾਂ ਨੂੰ ਬਚਾਉਣ ਵਾਸਤੇ, ਅਤੇ ਸਾਨੂੰ ਲੋੜ ਵੀ ਪਈ ਨਾ, ਨੌਜਵਾਨ ਪੀੜ੍ਹੀ ਆਪਦੀ ਵੀ ਸ਼ਹੀਦੀ ਦਊਗੀ ਇੱਥੇ। ਤੁਹਾਡਾ ਕੀ ਨਾਮ ਆ ਮਾਤਾ? ਜਸਵੀਰ ਕੌਰ ਜੀ। ਕਿਵੇਂ ਦੇਖਦੇ ਹੋ ਵੱਡੀ ਗਿਣਤੀ 'ਚ ਅੱਜ ਔਰਤਾਂ ਇੱਥੇ ਇਕੱਠੀਆਂ ਹੋਈਆਂ ਨੇ? ਅਤੇ ਅਸੀਂ ਦੇਖਦੇ ਜੀ, ਸਾਡੇ ਅਸੀਂ ਅੱਜ ਹੱਕਾਂ ਲਈ ਆਏ ਹਾਂ, ਹੱਕਾਂ ਲਈ ਲੜਦੇ, ਹੱਕਾਂ ਲਈ ਲੜਾਂਗੇ। ਸਾਡੇ ਨੌਜਵਾਨ ਵੀਰ ਸਾਡੇ ਮਾਰਤੇ, ਸਾਡਾ ਪੁੱਤ ਮਾਰਤਾ, ਸਾਨੂੰ ਬਹੁਤ ਜ਼ਿਆਦਾ ਦੁੱਖ ਹੈ। ਮੋਦੀ ਦਾ ਆਪਦੇ ਹੈ ਹੀ ਨਹੀਂ, ਮੋਦੀ ਨੂੰ ਕੋਈ ਦੁੱਖ ਨਹੀਂ, ਪੁੱਤਾਂ ਮਰਿਆਂ ਦਾ ਸਾਡੇ ਮਰੇ, ਸਾਨੂੰ ਦੁੱਖ ਹੈ। ਅਸੀਂ ਪਤਾ ਕਿੱਡੇ ਔਖੇ ਸਾਡੇ ਪੁੱਤ ਮਰੇ ਤੇ, ਸਾਨੂੰ ਕਿਸਾਨ ਸਾਨੂੰ ਫਸਲਾਂ ਦਾ ਸਾਡਾ ਨਹੀਂ ਰੇਟ ਮਿਲ ਰਿਹਾ, ਕੋਈ ਬੱਚਿਆਂ ਨੂੰ ਸਾਡਿਆਂ ਨੂੰ ਨੌਕਰੀ ਨਹੀਂ ਮਿਲ ਰਹੀ,
ਕੋਈ ਉਧਰੋਂ ਗੜੇਵਾਰੀ ਹੋ ਜਾਂਦੀ ਹੈ, ਉਧਰੋਂ ਇਹ ਮੋਦੀ ਸਾਨੂੰ ਤੰਗ ਕਰੀ ਆਉਂਦਾ ਹੈਗਾ, ਖਰਚੇ ਇੰਨੇ ਇੰਨੇ ਵਧਾਈ ਜਾਂਦੇ, ਤੇਲ ਉਦੋਂ ਵਧਾਈ ਜਾਂਦਾ, ਫਸਲ ਬੀਜਦੇ ਉਦੋਂ ਰੇਹ ਸਪਰੇਹਾਂ ਬੰਦ ਕਰ ਦਿੰਦੇ ਆ, ਫਿਰ ਜਵਾਕ ਸਾਡੇ ਹੈਰਾਨ ਹੁੰਦੇ ਫਿਰ ਦੇ ਰਿਹਾ ਵਾਸਤੇ, ਅਸੀਂ ਬਹੁਤ ਦੁਖੀ ਕੀਤੇ ਹੋਏ ਹਾਂ। ਤੁਸੀਂ ਕੀ ਬੋਲਣਾ ਸੀ? ਮੈਂ ਇਹ ਬੋਲਣਾ ਚਾਹੁੰਦੀ ਹਾਂ ਵੀ ਅਸੀਂ ਘਰ ਬਾਹਰ ਛੱਡ ਕੇ ਆਏ ਹਾਂ, ਜਨਾਨੀ ਇੱਕ ਮਿੰਟ ਆਪਦਾ ਘਰ ਨਹੀਂ ਛੱਡਦੀ, ਕਿਸ ਲਈ ਆਏ ਹਾਂ? ਅਸੀਂ ਆਪਦੇ ਹੱਕਾਂ ਲਈ ਆਏ ਹਾਂ, ਅਸੀਂ ਆਉਂਦੇ ਰਹਾਂਗੇ। ਬਿਲਕੁਲ, ਇੰਟਰਨੈਸ਼ਨਲ ਵੂਮਨ ਡੇ ਦੇ ਉੱਪਰ ਜਿੱਥੇ ਔਰਤਾਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਜਿਹੜਾ ਹੈਗਾ ਅੱਜ ਦਾ ਦਿਨ ਮਨਾ ਰਹੀਆਂ ਨੇ, ਉੱਥੇ ਕਿਸਾਨ ਔਰਤਾਂ ਦੇ ਵੱਲੋਂ ਖਨੌਰੀ ਬਾਰਡਰ 'ਤੇ ਜਿਹੜਾ ਵੱਡਾ ਇਕੱਠਾ ਕੀਤਾ ਗਿਆ, ਜਿੱਥੇ ਕਿਸਾਨਾਂ ਦੇ ਵੱਲੋਂ ਰੋਜ਼ ਜਿਹੜੀ ਹੈਗੀ ਆ ਸਟੇਜ ਲੱਗਦੀ ਆ, ਤਾਂ ਅੱਜ ਕਿਸਾਨਾਂ ਦੀ ਬਜਾਏ ਮਰਦਾਂ ਦੀ ਬਜਾਏ ਜਿਹੜਾ ਔਰਤਾਂ ਦੇ ਵੱਲੋਂ ਜਿਹੜੀ ਸਟੇਜ ਆ ਉਹ ਲਗਾਈ ਗਈ ਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤੁਹਾਨੂੰ ਹਰੇ ਰੰਗ ਦੀਆਂ ਪੀਲੇ ਰੰਗ ਦੀਆਂ ਜਿਹੜੀਆਂ ਚੁੰਨੀਆਂ ਨੇ ਉਹ ਨਜ਼ਰ ਆ ਰਹੀਆਂ ਹੋਣੀਆਂ, ਅਤੇ ਅੱਜ ਵੂਮੈਨ ਡੇ ਨੂੰ ਲੈ ਕੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਦੇ ਪ੍ਰਦਰਸ਼ਨ ਦੇ ਵਿੱਚ ਵੱਡਾ ਹਿੱਸਾ ਜਿਹੜਾ ਹੈਗਾ ਔਰਤਾਂ ਦੇ ਵੱਲੋਂ ਪਾਇਆ ਗਿਆ। ਖਨੌਰੀ ਬਾਰਡਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ।